नमस्कार, मैं हूं आपके साथ सोनिया चौहान। पंजाब की खबरों में आप सभी का स्वागत है। रुख करते हैं खबरों की ओर। मुख्यमंत्री भगवंत मान के द्वारा गठित सड़क सुरक्षा बल कार्य एक अच्छी पहल साबित होते दिख रही है। वहीं आपको बता दें कि समाना रोड पर एक बुलेट सवार युवक दुर्घटना में गंभीर रूप से घायल हो गया, जिसके सिर और शरीर के कई हिस्सों में गंभीर चोटें आई थी। इसकी सूचना कर्मचारियों को मिलते ही मौके पर पहुंची और घायल युवक को मौके पर मरहम पट्टी कर तुरंत इलाज के लिए CHC में भर्ती कराया। और इस मौके पर सड़क सुरक्षा बल यूनिट के कर्नल सिंह ने बताया कि वो इस बीट पर अपनी सेवाएं दे रहे हैं और सड़क सुरक्षा बल कर्मचारी का पहला कर्तव्य घायलों को इलाज कर उनकी जान बचाना। सच नाल मैं दिलों मेरी तो सिर्फ सिर्फ ये 3 साल रहती है। मैं आ मुंडे का बलविंदर का रिकॉर्ड करदा, इन्हें जिनी आ मुंडे जेड़ा साढ़े को दीदी फर्स्ट एड दी है, एक ना एक डॉक्टर की तरह इन्हू फर्स्ट एड दी है। इन्हें उसकी ब्लीडिंग रोकने की की है। ਇਹਨਾਂ ਬਹੁਤ ਸੋਹਣਾ, ਮੈਂ ਇਹਦੀ ਸ਼ਾਬਾਸ਼ ਦਿੰਦਾ। ਸਾਡੇ ਸਭ ਤੋਂ ਵਧੀਆ ਮੈਂਬਰ ਇਹ ਮੁੰਡਾ, ਬਹੁਤ ਸੋਹਣੀ ਫਸਟ ਏਡ ਦਿੱਤੀ ਆ ਵਿਚਾਰੇ ਨਾਲ ਦੇ ਨਾਲ ਉਹਦੀ ਬਿਲਡਿੰਗ ਦੀ ਰੋਕਣ ਦੀ ਕੋਸ਼ਿਸ਼ ਕੀਤੀ। ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ, ਇਹਨੇ ਸਿਰ ਉਹਦੇ ਬਾਂਹਦੇ ਕੀਤੀ। ਇਹ ਵਿਚਾਰਾ ਇੱਕ ਨਾ ਜਿੰਨਾ ਕੁ ਜੋ ਹੋਇਆ, ਇਹਨੇ ਪਿੱਛੇ ਆਪ ਖੁਦ ਨੂੰ ਵਿਚਾਰੇ ਨੂੰ ਚੱਕ ਕੇ ਪਿੱਛੇ ਬਹਿ ਗਿਆ ਸੀ, ਨਾਲ ਦੇ ਨਾਲ ਹੋਸਪਿਟਲ 'ਚ ਲੈ ਕੇ। ਇਹਦੀ ਮੈਂ ਸ਼ਾਬਾਸ਼ ਦਿੰਦਾ, ਆਹ ਮੁੰਡਾ ਜਿਹੜਾ ਸਾਡਾ ਨਿਆਂ ਭਰਤੀ ਆ ਜੇ, 1 ਸਾਲ ਮੁੰਡੇ ਨੂੰ ਭਰਤੀ ਹੋਇਆ, ਸ਼ਾਬਾਸ਼ ਇਹ ਬੰਦੇ ਦੀ। ਇਹ ਆਪਣੀ ਜੋ ਮਾਣਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਇੱਕ ਪੰਜਾਬ ਪੁਲਿਸ ਦਾ ਨਵਾਂ ਵਿੰਗ ਤਿਆਰ ਕੀਤਾ ਗਿਆ, ਸੜਕ ਸੁਰੱਖਿਆ ਫੋਰਸ, ਜੋ ਕਿ ਸੜਕ 'ਤੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਨਾਲ ਜਿਹੜੇ ਕੋਈ ਪੇਸ਼ੈਂਟ ਵਗੈਰਾ ਨੇਗੇ, ਉਹਨਾਂ ਦੀ ਮੁੱਢਲੀ ਸਹਾਇਤਾ ਕਰਨੀ ਅਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ। ਅੱਜ ਅਸੀਂ ਜੋ ਆਪਣੀ ਡਿਊਟੀ ਪੁਆਇੰਟ 'ਤੇ ਹਾਜ਼ਰ ਸੀਗੇ, ਉੱਥੇ ਸਾਨੂੰ ਹੁਣੀ ਉੱਥੋਂ ਕੋਈ ਪਾਸ ਕੋਈ ਨੇੜੋਂ ਦੀ ਲੰਘ ਰਹੇ ਸੀਗੇ, ਉਹਨਾਂ ਨੇ ਸਾਨੂੰ ਆ ਕੇ ਦੱਸਿਆ, ਕਹਿੰਦੇ ਵੀ ਉੱਥੇ ਸੜਕ 'ਤੇ ਨਾ ਇੱਕ ਮੁੰਡਾ ਲਹੂ ਲਹਾਣ ਹੋਇਆ ਪਿਆ ਹੈਗਾ, ਵੀ ਉਹਨੂੰ ਤੁਸੀਂ ਜਾ ਕੇ ਮਦਦ ਕਰੋ। ਅਸੀਂ ਆਪਣੀ ਗੱਡੀ ਚੱਕੀ ਪਿੱਕ ਕਰੀ, ਉਹਨੂੰ ਉੱਥੋਂ ਦੇਖਿਆ ਸੀ, ਉਹਦਾ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ, ਲੱਗਦਾ ਜਿਵੇਂ ਸਿਰ ਪਾੜਿਆ ਹੋਵੇ, ਅਤੇ ਇੱਕ ਹੱਥ ਦੇ ਵਿੱਚੋਂ ਕਾਫੀ ਬਲੀਡਿੰਗ ਹੋ ਰਹੀ ਸੀ। ਅਸੀਂ ਜਿੰਨੀ ਕੁ ਸਾਨੂੰ ਜੋ ਮਤਲਬ ਸਿਖਾਇਆ ਗਿਆ ਅਸੀਂ ਜਿੰਨਾ ਹੋ ਸਕਿਆ ਆਪਣੇ ਵੱਲੋਂ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ, ਉਹਨਾਂ ਦੀ ਬਲੀਡਿੰਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਸਿਵਲ ਹਸਪਿਟਲ ਭਵਾਨੀਗੜ੍ਹ ਲੈ ਕੇ ਆ ਗਏ। बढ़ते हैं अगली खबर की ओर। आम आदमी पार्टी ने बीजेपी पर गुंडागर्दी करने का आरोप लगाया। बता दें कि आम आदमी पार्टी के कार्यकर्ता का कहना है कि चंडीगढ़ के मेयर चुनाव में बीजेपी ने गुंडागर्दी की थी, जिसके खिलाफ आम आदमी पार्टी के नेता प्रदर्शन कर रहे हैं। वहीं कार्यकर्ताओं का आरोप है कि इस पर भी बीजेपी को आपत्ति हो गई। बता दें कि शांतिपूर्ण धरने देने बैठे आम आदमी पार्टी के कार्यकर्ताओं को गिरफ्तार कर लिया गया, जिसके बाद सेक्टर 39 में भी कार्यकर्ता धरने पर बैठ गए हैं। अपनी पार्टी दे साडे वॉलंटियर जिहड़े ने 4 वॉलंटियर ते नाल इक साडा MC डेली इत्थे अनशन ते बैठेगा, 24 घंटे दा अनशन होएगा। और अगली बार रीले अनशन जिन्हू कहंदे आ ਉਹਨੂੰ ਅਸੀਂ ਰੀਲੇ ਅਨਸ਼ਨ ਕਰਾਂਗੇ, ਉਹ ਡੇਲੀ ਚੱਲੇਗਾ ਜਦ ਤੱਕ ਜਿਹੜਾ ਨਕਲੀ ਮੇਅਰ ਧੱਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਹੇਰਾ ਫੇਰੀ ਕਰਕੇ ਬਣਾਇਆ, ਜਦ ਤੱਕ ਉਹਨੂੰ ਰੱਦ ਨਹੀਂ ਕਰਦੇ। ਪਹਿਲੀ ਗੱਲ, ਅਨਿਲ ਮਸੀਹ ਜਿਹਨੇ ਉਸ ਦਿਨ ਜਿਹਨੂੰ ਪ੍ਰਸਾਈਡਿੰਗ ਆਫਿਸਰ ਕਿਹਾ ਗਿਆ, ਉਹ ਬੇਸਿਕਲੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਇੱਕ ਮਨੋਰਟੀ ਵਿੰਗ ਦਾ ਜਨਰਲ ਸੈਕਟਰੀ ਆ, ਔਰ ਉਸ ਮਨੋਰਟੀ ਵਿੰਗ ਦੇ ਜਨਰਲ ਸੈਕਟਰੀ ਨੇ ਜਿਵੇਂ ਡੈਮੋਕਰੇਸੀ ਦਾ ਮਰਡਰ ਕੀਤਾ, ਉਹਦੇ ਤਹਿਤ ਪੂਰੇ ਚੰਡੀਗੜ੍ਹ ਦੇ ਲੋਕੀ, ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਕੌਂਸਲਰਸ ਨੂੰ, ਸਾਡੇ ਵੱਡੇ ਲੀਡਰ ਪ੍ਰਦੀਪ ਛਾੜਬ ਜੀ, ਚੰਦਨਮੁਖੀ ਜੀ, ਪ੍ਰੇਮ ਗਰਗ ਜੀ, ਵਿਕਰਮ ਧਵਨ ਜੀ, ਇਹ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਅਸੀਂ ਇਹ ਧਰਨੇ ਨੂੰ ਕੰਟੀਨਿਊ ਰੱਖਾਂਗੇ ਜਦ ਤੱਕ ਇਹ ਮੇਅਰ ਜਿਹੜਾ ਹੈਗਾ ਨਕਲੀ ਮੇਅਰ ਨਹੀਂ ਉਤਰਦਾ।
ਸੁਪਰੀਮ ਕੋਰਟ 'ਚ ਵੀ ਕਾਰਵਾਈ ਹੈ, ਕੱਲ 10:30 ਉੱਥੇ ਵੀ ਕੇਸ ਲੱਗਿਆ ਹੋਇਆ, ਪਰ ਜਿਸ ਹਿਸਾਬ ਦੀ ਇਹਨਾਂ ਨੇ ਹੇਰਾਫੇਰੀ ਕੀਤੀ ਹੈ ਪੂਰੇ ਦੇਸ਼ ਨੇ ਵਿਦੇਸ਼ ਨੇ ਦੇਖੀ ਹੈ। ਅਨਿਲ ਮਸੀਹ ਦੇ ਉੱਤੇ ਅਸੀਂ ਕਾਰਵਾਈ ਮੰਗਦੇ ਹਾਂ, ਜਿਹਦੇ ਕਰਕੇ ਅਸੀਂ ਚੰਡੀਗੜ੍ਹ ਪੁਲਿਸ ਸਟੇਸ਼ਨ 17 ਸੈਕਟਰ 'ਚ ਵੀ ਤੇ SSP ਦੇ ਵੀ ਇੱਕ ਮੰਗ ਦਿੱਤੀ ਸੀ, ਲੇਕਿਨ ਉਸ ਦੇ ਉੱਤੇ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਹੋਈ, ਉਹਦੇ ਤਹਿਤ ਅਸੀਂ ਇੱਥੇ ਬੈਠਣ ਲੱਗੇ। ਹੋਰ ਜਿਹੜੀ ਇੰਪੋਰਟੈਂਟ ਗੱਲ ਨੇ ਕਿ ਉਸ ਦਿਨ ਸਾਡੇ ਕੌਂਸਲਰਸ ਨੇ ਸਾਨੂੰ ਦੱਸਿਆ ਕਿ ਸਾਡੇ ਜਿਹੜੇ MCs ਸੀਗੇ ਉਹ ਤਾਂ ਆਰਾਮ ਨਾਲ ਬੈਠੇ ਹੋਏ ਸੀਗੇ, ਪਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ MC ਨੇ ਇੱਕ ਵੈਲ ਹੁੰਦਾ ਅੱਗੇ ਜਿਹੜਾ, ਉਸ ਵੈਲ 'ਚ ਖੜੇ ਰਹੇ ਔਰ ਉਸ ਵੈਲ 'ਚ ਖੜੇ ਹੋ ਕੇ ਰੋਲਾ ਪਾਉਂਦੇ ਰਹੇ, ਨਾਰੇ ਲਾਉਂਦੇ ਰਹੇ, ਤਾਂ ਕਿ ਉਹ ਇੱਕ ਤਰ੍ਹਾਂ ਦਾ ਉਹਨੂੰ ਪ੍ਰੋਟੈਕਸ਼ਨ ਦੇ ਰਹੇ ਸੀਗੇ ਅਨਿਲ ਮਸੀਹ ਨੂੰ, ਤਾਂ ਕਿ ਉਹ ਹੇਰਾਫੇਰੀ ਵਾਲੇ ਕੰਮ ਉੱਥੇ ਕਰ ਸਕੇ। ਉਹਨੂੰ ਪ੍ਰੋਟੈਕਸ਼ਨ ਦੇ ਤਹਿਤ ਜਦ ਸਾਡੇ ਕੋਈ MC ਜਿਵੇਂ ਸਾਡੇ ਕਾਊਂਟਿੰਗ ਏਜੰਟ ਯੋਗੇਸ਼ ਢਿੰਗਰਾ ਜੀ ਖੜੇ ਹੋਣ ਲੱਗੇ, ਤੇ ਜਸਮਨ ਨਾਮ ਦਾ ਇੱਕ MC ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ, ਉਹਨੂੰ ਬਿਲਕੁਲ ਉਹਦੇ ਨਾਲ ਵਾਲੀ ਸੀਟ ਤੇ ਬਿਠਾਤਾ ਤਾਂ ਕਿ ਉਹ ਉੱਠ ਹੀ ਨਾ ਸਕੇ। ਸਾਡੇ ਪ੍ਰੇਮ ਲਤਾ ਜੀ ਜਦ ਉੱਠਣ ਲੱਗੇ ਤੇ ਜਿਹੜਾ ਰਾਣਾ ਹੈ ਕਨਵਰ ਰਾਣਾ ਉਹਨੂੰ ਉੱਥੇ ਕਿਹਾ ਗਿਆ, ਔਰ ਕੈਮਰੇ ਦੇ ਅੰਦਰ ਕੈਮਰੇ ਜਿਹੜੇ ਸੀਗੇ ਉੱਥੇ ਲੱਗੇ ਹੋਏ ਸੀਗੇ, 8 ਕੈਮਰੇ ਲੱਗੇ ਹੋਏ ਸੀ, 8 ਕੈਮਰੇ ਜਿਹੜੇ ਲੱਗੇ ਹੋਏ ਸੀਗੇ ਉਹਦੇ ਅੰਦਰ ਉਹ ਦਿਖਦੇ ਨੇ ਕਿ ਕੈਮਰਾ ਹਟਾ ਰਹੇ ਸੀ ਕਨਵਰ ਰਾਣਾ ਔਰ ਜਿਹੜੇ ਇਹਨਾਂ ਦੇ ਨੋਮੀਨੇਟਿਡ ਕੌਂਸਲਰ ਜਿਹਨਾਂ ਨੂੰ ਪ੍ਰੈਕਟੀਕਲੀ ਅੰਦਰ ਜਾਣਾ ਅਲਾਊਡ ਨਹੀਂ ਸੀ, ਜਿਸ ਦੇਸ਼ ਦੇ ਅੰਦਰ ਮੀਡੀਆ ਨੂੰ ਅੰਦਰ ਜਾਣਾ ਅਲਾਊਡ ਨਹੀਂ ਕੀਤਾ ਤੇ ਉੱਥੇ ਨੋਮੀਨੇਟਿਡ ਕੌਂਸਲਰ ਜਿਹਨਾਂ ਦੀ ਵੋਟਾਂ ਨਹੀਂ ਪੈਣੀਆਂ ਸੀਗੀਆਂ ਉਹ ਉੱਥੇ ਅੰਦਰ ਅਲਾਊਡ ਸੀ ਤੇ ਉਹ ਵੈਲ ਦੇ ਅੰਦਰ ਕੈਮਰੇ ਦਿਖ ਰਹੇ ਨੇ ਔਰ ਇਸ ਤਹਿਤ ਅਸੀਂ ਇਹ ਧਰਨਾ ਰੱਖਿਆ ਤਾਂ ਕਿ ਡੈਮੋਕ੍ਰੇਸੀ ਨੂੰ ਬਚਾਉਣ 'ਚ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਆਉਣਾ ਪਏਗਾ ਤੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਤੇ ਸਾਡਾ, ਕਿਉਂਕਿ ਸਾਂਝਾ ਕੈਂਡੀਡੇਟ ਕੁਲਦੀਪ ਜੀ ਸਾਡੇ ਨਾਲ ਹੀ ਨੇ, ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸਾਂਝਾ ਕੈਂਡੀਡੇਟ ਸੀਗੇ ਤੇ ਅਸੀਂ ਡੇਲੀ ਕੋਈ ਨਾ ਕੋਈ ਪ੍ਰਦਰਸ਼ਨ ਕਰਦੇ ਹਾਂ, ਕਿਉਂਕਿ ਪਰਸੋਂ ਦਿੱਲੀ ਸੀਗਾ, ਕਾਂਗਰਸ ਨੇ ਵੀ ਪ੍ਰਦਰਸ਼ਨ ਕੀਤਾ ਤੇ ਉਹਦੇ ਤਹਿਤ ਅਸੀਂ ਕੈਸ਼ ਸ਼ੁਰੂ ਕਰਨ ਜਾ ਰਹੇ ਹਾਂ। ਪਹਿਲੀ ਚੀਜ਼ ਹੋਏਗੀ ਇੱਥੇ, ਜਦ ਤੱਕ ਇਹ ਫੈਸਲਾ ਨਹੀਂ ਹੁੰਦਾ ਅਸੀਂ ਇੱਥੇ ਹੀ ਬੈਠਾਂਗੇ, ਪਹਿਲੀ ਚੀਜ਼। ਦੂਜੀ ਚੀਜ਼, ਹਰ ਵਾਰਡ ਦੇ ਅੰਦਰ ਕੈਂਡਲ ਮਾਰਚ ਕੀਤੀ ਜਾਏਗੀ, ਜਿਹੜੇ ਇੰਪੋਰਟੈਂਟ ਲੈਂਡਮਾਰਕਸ ਨੇ ਚੰਡੀਗੜ੍ਹ ਦੇ ਅੰਦਰ, ਰੋਜ਼ ਗਾਰਡਨ ਦੀ ਗੱਲ ਕਰ ਲਈਏ ਅਸੀਂ, ਸੁਖਨਾ ਲੇਕ ਦੀ ਗੱਲ ਕਰ ਲਈਏ, ਉੱਥੇ ਸ਼ਾਮ ਦੇ ਟਾਈਮ ਤੇ ਕੈਂਡਲ ਮਾਰਚ ਕੱਢੀ ਜਾਏਗੀ। ਔਰ ਤੀਜਾ, ਅਸੀਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਦਿਖਾਵਾਂਗੇ ਕਿ ਜਿਸ ਤਹਿਤ ਨਾਲ, ਜਿਸ ਧੱਕੇ ਨਾਲ ਅਨਿਲ ਮਸੀਹ ਨੇ ਇਹ ਧੱਕਾ ਕੀਤਾ ਹੈ ਉਹ ਪੂਰੇ ਦੇਸ਼ ਦੇ ਅੰਦਰ, ਕਿਉਂਕਿ ਅੱਜ ਤੱਕ ਤਾਂ ਇਹੀ ਸੀਗਾ ਕਿ BJP ਚੋਰੀ ਤਾਂ ਕਰਦੀ ਹੈ ਵੋਟਾਂ ਦੀ, ਪਰ ਇਹ ਚੀਜ਼ ਪਹਿਲੀ ਵਾਰ ਕਲੀਅਰ ਹੋਈ ਹੈ ਕੈਮਰਿਆਂ ਦੇ ਉੱਤੇ ਕਿ BJP ਨੇ ਕਿਸ ਹਿਸਾਬ ਨਾਲ ਚੋਰੀ ਕੀਤੀ ਔਰ ਕਿਸ ਹਿਸਾਬ ਨਾਲ ਉਹਨੇ ਟਿੱਕ ਲਾ ਕੇ, ਖੁਦ ਟਿੱਕ ਲਾ ਰਿਹਾ ਅਨਿਲ ਮਸੀਹ, ਖੁਦ ਟਿੱਕ ਲਾਉਂਦਾ ਹੋਇਆ ਦਿਖਦਾ ਪਿਆ ਕੈਮਰਿਆਂ ਦੇ ਅੰਦਰ, ਉਹ ਟਿੱਕ ਲਾ ਰਿਹਾ ਉਹਦੇ ਅੰਦਰ ਔਰ 8 ਵੋਟਾਂ ਨੂੰ ਉਹਨੇ, ਔਰ ਸਾਰੇ ਜਿਹੜੇ ਟਿੱਕ ਲਾਏ ਨੇ ਉਹ BJP ਦੇ ਉਹਦੇ ਅੰਦਰ ਲਾਏ ਨੇ ਤੇ ਉਹਨੇ ਰੱਦ ਕਰਕੇ, ਉਹਨਾਂ ਨੇ ਉਸ ਨੂੰ ਐਕਸੈਪਟ ਨਹੀਂ ਕੀਤਾ ਔਰ 8 ਵੋਟਾਂ ਜਿਹੜੀਆਂ ਨੇ ਉਹ ਰੱਦ ਕਰਕੇ, ਜਿਨ੍ਹਾਂ ਦੇ 16 ਸੀਗੇ ਉਹਨਾਂ ਨੂੰ ਬਣਾਤਾ, ਜਿਨ੍ਹਾਂ ਦੇ 20 ਸੀਗੇ ਉਹਨਾਂ ਨੂੰ ਰਹਿਣ ਦਿੱਤਾ ਤੇ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਔਰ ਅਸੀਂ ਅੱਜ ਇੱਥੇ 5 ਬੰਦਿਆਂ ਨੂੰ ਹਾਰ ਦਿਓ, ਅਸੀਂ ਉਹ 5 ਬੰਦਿਆਂ ਨੂੰ ਹਾਰ ਪਹਿਨਾ ਕੇ ਇੱਥੇ ਬਿਠਾਵਾਂਗੇ। ਪੰਜਾਬ ਸੇ ਰਾਜਪਾਲ ਸਦਸਯ ਵਿਕਰਮਜੀਤ ਸਿੰਘ ਸਾਹਨੀ ਨੇ 5.5 ਕਰੋੜ ਰੁਪਏ ਕੀ ਪਰਿਯੋਜਨਾਓਂ ਕੀ ਘੋਸ਼ਣਾ ਕੀ ਹੈ ਔਰ ਬਤਾ ਦੇ ਕਿ ਸਵਾਸਥਯ ਔਰ ਪਰਿਵਾਰ ਕਲਿਆਣ ਮੰਤਰੀ ਡਾਕਟਰ ਬਲਬੀਰ ਸਿੰਘ ਔਰ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਉਨਕੇ ਸਾਥ ਰਹੇ। ਸਰਕਿਟ ਹਾਊਸ ਮੇਂ ਏਕ ਸੰਵਾਦਦਾਤਾ ਸੰਮੇਲਨ ਕੇ ਦੌਰਾਨ ਪਟਿਆਲਾ ਕੇ ਵਿਕਾਸ ਕੇ ਲਿਏ ਏਕ ਕਾਰਜਕ੍ਰਮ ਆਯੋਜਿਤ ਕੀਆ ਗਯਾ ਥਾ ਔਰ ਇਸ ਦੌਰਾਨ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਸਨ ਫਾਊਂਡੇਸ਼ਨ ਕੇ ਨੇਤ੍ਰਤਵ ਮੇਂ ਕੀ ਗਈ ਪਹਿਲ ਕੋ ਰੇਖਾਂਕਿਤ ਕੀਆ ਔਰ ਪਟਿਆਲਾ ਮੇਂ ਸਾਕੇਤ ਨਸ਼ਾ ਮੁਕਤੀ ਔਰ ਪੁਨਰਵਾਸ ਕੇਂਦਰ ਕੋ ਅਪਗ੍ਰੇਡ ਕਰਨੇ ਕੇ ਲਿਏ 50 ਲੱਖ ਰੁਪਏ ਕੇ ਅਨੁਦਾਨ ਕੀ ਘੋਸ਼ਣਾ ਕੀ ਗਈ। ਇਸ ਨਸ਼ਾ ਮੁਕਤੀ ਕੇਂਦਰ ਕੀ ਸ਼ਮਤਾ 30 ਸੇ ਬੜਾਕਰ 50 ਬੈੱਡ ਕੀ ਜਾਏਗੀ। ਇਸਕੇ ਅਲਾਵਾ
पुनर्वास प्रयासों को सुविधाजनक बनाने के लिए एक अत्याधुनिक कौशल विकास केंद्र स्थापित किया जाएगा। बता दें कि पटियाला की ये तस्वीरें हैं जहां पर पंजाब से राज्यसभा सदस्य की सौगात, और बता दें कि विक्रमजीत सिंह ने बड़ी सौगात दी है और पटियाला की ये तस्वीरें हैं, 5.5 करोड़ की परियोजनाओं की घोषणा की गई। आज पटियाला विखे दौरे दौरान डॉक्टर बलबीर सिंह जी और मानयोग हेल्थ मिनिस्टर पंजाब, मेरे छोटे भरा अजीतपाल कोहली जी, और पहला इस तो असं पंजाबी यूनिवर्सिटी बिकॉज आई मैं मिलना इतने मैं पढ़े हाँ उत्थे नॉर्दर्न जोन का इंटर यूनिवर्सिटी कल्चरल फैसटिवल से, तो वाहेगुरु जी की अपार बख्शिश नाल अज पटियाला दे विखे मैं 5 करोड़ दे टोटल प्रोजेक्ट अनाउंस किए ने। 2 करोड़ रुपया पंजाबी यूनिवर्सिटी पटियाला लाइब्रेरी का एक फ्लोर होर पाना है, क्योंकि 9,000 बच्चा इस टाइम पंजाबी यूनिवर्सिटी पढ़ रहे हैं, और पंजाबी यूनिवर्सिटी पटियाला की माली हालत बहुत खराब है और बहुत ही नाजुक स्थिति चो गुजर रही है। आधा घंटा मैं मीटिंग की वाइस चांसलर जालंधर में लवली प्रोफेशनल यूनिवर्सिटी के लॉ गेट के सटे पीजी पे बड़े स्तर पर सेक्स रैकेट का भंडाफोड़ हुआ। बता दें कि फगवाड़ा पुलिस ने इस सेक्स रैकेट का भंडाफोड़ करते हुए विदेशी लड़कियों समेत 26 लोगों को गिरफ्तार किया है। वहीं जानकारी के मुताबिक फगवाड़ा में पुलिस ने बड़े स्तर पर चल रहे देव व्यापार के धंधे का भंडाफोड़ किया। कपूरथला पुलिस ने छापा मारकर 9 विदेशी और 4 भारतीय लड़कियों समेत करीब 26 आरोपियों को गिरफ्तार किया और साथ ही उनके पास से 29 मोबाइल और 45,000 रुपए की नकदी भी बरामद की गई। वहीं साथ ही बता दें फगवाड़ा के थाना सतनामपुर में सभी के खिलाफ इमोरल ट्रैफिकिंग एक्ट के विभिन्न धाराओं के तहत केस दर्ज किए गए। बता दें कि जालंधर की तस्वीरें हैं जहां पर सेक्स रैकेट का भंडाफोड़ हुआ है और फगवाड़ा कपूरथला पुलिस की ये कार्रवाई जिसमें कई आरोपियों को गिरफ्तार भी किया गया। बढ़ते हैं अगली खबर की ओर। चंडीगढ़ पुलिस और केंद्रीय एजेंसियों के साथ एक संयुक्त ऑपरेशन में एजीटीएफ के हाथ बड़ी सफलता लगी है। बता दें कि विदेशी आधारित गैंगस्टर गोल्डी बराड़ के 3 गुर्गों को गिरफ्तार करने में सफलता हासिल की गई। वे 19 जनवरी 2024 को चंडीगढ़ के एक आवासीय क्षेत्र में गोलीबारी की घटना में शामिल थे। अपराध को अंजाम देने के बाद ये आरोपी बिहार भाग गए थे और उन्हें बिहार से उत्तर प्रदेश जाते समय ट्रैक किया गया और गोरखपुर पुलिस के सहयोग से गोरखपुर रेलवे स्टेशन पर पकड़ लिया गया। बता दें कि गोल्डी बराड़ के 3 गुर्गे गिरफ्तार, चंडीगढ़ का ये मामला बताया जा रहा है जहां पर गोरखपुर से 3 गैंगस्टर पकड़े गए हैं, जो बता दें कि गोल्डी बराड़ के
से गैंगस्टर से जुड़े हुए बताए जा रहे हैं। और बता दें कि गोल्डी बराड़ के 3 गुर्गों को गिरफ्तार किया गया है और सभी गोरखपुर से पकड़े गए हैं और चंडीगढ़ पुलिस को बता दें कि बड़ी सफलता हाथ लगी है। गोल्डी बराड़ के 3 गुर्गों को गिरफ्तार किया गया, गोरखपुर से पकड़े गए गोल्डी बराड़ के गुर्गे। अगली खबर फाजिल्का से है, जहां किसान मजदूर संगठन कमेटी ने मांगों को लेकर ट्रैक्टर बाइक रैली निकाली और इस रैली को प्रधान कुलवंत सिंह की अगुवाई में निकाला गया और ये रैली फाजिल्का के एमआर एनक्लेव से चलकर डीसी कार्यालय पर समाप्त की गई। किसान मजदूर संघर्ष कमेटी ने केंद्र सरकार के खिलाफ आवाज बुलंद की। ਬਾਈ 20 ਬਿੱਲ ਜਿਹੜਾ ਉਹਨੇ ਪਾਸ ਕਰ ਦਿੱਤਾ, ਖੇਤੀ ਦੇ ਪਿੱਛੇ ਲੱਗਿਆ ਵਾ, ਜ਼ਮੀਨ ਦਾ ਟੁਕੜਾ ਛੋਟੇ ਮੋਟੇ ਕਿਸਾਨ ਕੋਲ ਕਿੱਲਾ ਚਾਹੇ 2 ਕਿੱਲੇ 10 ਕਿੱਲੇ 5 ਕਿੱਲੇ ਉਹਨੂੰ ਖੋਹਣ ਦੀ ਸਾਜਿਸ਼ ਜ਼ਮੀਨਾਂ ਕੱਚੀਆਂ ਕਰਕੇ ਪੰਚਾਇਤਾਂ ਦੇ ਹੱਕ ਵਿੱਚ ਕਰਕੇ ਤੇ ਪੰਜਾਬ ਸਰਕਾਰ ਤੇ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੂੰ ਦੇ ਕੇ ਅੱਗੇ ਫਿਰ ਜਿਹੜੀ ਵੇਚਣ ਦੀ ਰਣਨੀਤੀ ਉਹ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਅਡਾਨੀਆਂ ਬਾਨੀਆਂ ਟਾਟੇ ਬਾਟੇ ਤੇ ਵੱਡੇ ਘੜਾਮ ਚੌਧਰੀਆਂ ਨੂੰ ਜਿਹੜੀ ਉਹ ਤਿਆਰੀ ਕੀਤੀ ਬੈਠੀ ਹੈ। ਦੂਜੀ ਗੱਲ ਇਹਦੇ ਵਿੱਚ ਕਰ ਦਈਏ ਕਿ ਜਿਹੜਾ ਇੰਪਿਊਟ ਡਿਊਟੀ ਲਾ ਕੇ 40% ਜਿਹੜਾ ਕਣਕ ਦਾ ਰੇਟ ਇਹ ਸੈਂਟਰ ਸਰਕਾਰ ਨੇ ਘਟਾਇਆ ਵਾ, ਨਾਲ ਮੰਡੀਆਂ ਤੋੜ ਰਹੇ ਆ ਤੇ ਇਹਦੇ ਵਿੱਚ 800 ਰੁਪਇਆ ਪ੍ਰਤੀ ਕੁਇੰਟਲ ਜਿਹੜਾ ਕਣਕ ਦਾ ਰੇਟ ਉਹ ਕਿਸਾਨਾਂ ਨੂੰ ਆਉਣ ਵਾਲੀ ਫਸਲ ਦੇ ਵਿੱਚ ਘੱਟ ਮਿਲੂਗਾ। ਸੋ ਦੂਜੀ ਗੱਲ ਕਰੀਏ ਇਹਦੇ ਵਿੱਚ ਕਈ ਮਜ਼ਦੂਰ ਕਹਿੰਦੇ ਆ ਕਿ ਕਣਕ ਸਸਤੀ ਹੋਈ ਆ ਤਾਂ ਵਧੀਆ, ਪਰ ਮਜ਼ਦੂਰਾਂ ਨੂੰ ਨਾ ਕਣਕ ਸਸਤੀ ਜਿਹੜੀ ਆ ਉਹ ਨਹੀਂ ਦੇਣੀ। ਵੱਡੇ ਵੱਡੇ ਫਾਰਮ ਬਣਾ ਕੇ 11 ਕਿੱਲਿਆਂ ਦੇ ਫਾਰਮ ਬਣਾ ਕੇ ਉਹਨਾਂ ਨੇ ਜਿਹੜਾ ਵਾ ਕਣਕ ਆਪਣੀ ਖੁਦ ਗਡਾਉਣਾਂ ਦੇ ਵਿੱਚ ਰੱਖਣੀ ਆ, ਅਡਾਨੀਆਂ ਬਾਨੀਆਂ ਦੇ ਗਡਾਉਣ ਕਿਤੇ ਬਣ ਵੀ ਚੁੱਕੇ ਆ, 70-80 ਜਿਹੜੇ ਗਡਾਉਣ ਬਣ ਚੁੱਕੇ ਆ, ਤਾਂ ਉਹਨਾਂ ਦੇ ਵਿੱਚ ਮਜ਼ਦੂਰਾਂ ਨੂੰ ਜਿਹੜੀ ਤੇ ਪੂਰੇ ਜਿਹੜੇ ਕਿਸਾਨਾਂ ਨੂੰ ਕਿਸਾਨੀ ਤੋਂ ਬਾਹਰ ਕੱਢ ਕੇ ਲੋਕਾਂ ਤੇ ਘੋੜਾ ਚਲਾ ਕੇ ਚਾਹੇ ਉਹ 5,000 ਨੂੰ ਵੇਚਣ ਚਾਹੇ 10,000 ਨੂੰ ਵੇਚਣ ਲੋਕਾਂ जालंधर में स्नैचरों के खिलाफ चल रहे अभियान को जारी रखते हुए पुलिस कमिश्नर स्वपन शर्मा के नेतृत्व में पुलिस ने 2 कुख्यात स्नैचरों को गिरफ्तार किया और उनके पास से चोरी के 5 मोटरसाइकिलें और एक मोबाइल फोन बरामद किया गया। इस संबंध में जानकारी देते हुए पुलिस कमिश्नर ने बताया कि उन्हें गुप्त सूचना मिली थी कि शहर के लाडोवाली रोड इलाके में स्नैचर सक्रिय है और उन्हें बताया गया कि गुप्त सूचना के आधार पर कार्रवाई करते हुए एक लुटेरे को लाडोवाली रोड से गिरफ्तार किया गया, जिसकी पहचान बता दें कि ललित कुमार के रूप में हुई है। वहीं स्वपन शर्मा ने बताया कि पुलिस ने उनके पास से चोरी की 1 मोटरसाइकिल और 1 मोबाइल फोन बरामद किया है। साथ ही उन्होंने बताया इसके बाद पुलिस पार्टियों ने उदय को 3 फरवरी 2024 को गांव बिगला जालंधर से गिरफ्तार कर लिया और स्वपन शर्मा ने बताया कि पुलिस ने उनके घर से चोरी के 4 मोटरसाइकिलें भी बरामद की हैं। मानजोग श्री स्वपन शर्मा IPS कमिश्नर ऑफ पुलिस जालंधर, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਜਲੰਧਰ ਸ਼ਹਿਰ ਦੇ
ਵੱਖ ਵੱਖ ਏਰੀਏ ਵਿੱਚੋਂ ਟੂ ਵੀਲਰ ਦੀ ਜਿਹੜੀਆਂ ਚੋਰੀਆਂ ਹੋ ਰਹੀਆਂ ਸੀਗੀਆਂ, ਖਾਸ ਕਰਕੇ ਮੋਟਰਸਾਈਕਲ ਵਗੈਰਾ, ਉਹਨਾਂ ਮੋਟਰਸਾਈਕਲ ਚੋਰਾਂ ਨੂੰ ਪਕੜਨ ਵਾਸਤੇ ਮੁੱਖ ਅਫਸਰ ਥਾਣਾ ਬਾਰਾਦਰੀ ਵੱਲੋਂ ਇੱਕ ਵਿਸ਼ੇਸ਼ ਟੀਮ ਜਿਹੜੀ ਹੈਗੀ ਆ ਤਿਆਰ ਕੀਤੀ ਗਈ ਸੀ। ਤੋ ਜੋ ਇਸ ਟੀਮ ਨੂੰ 2 ਤਰੀਕ ਨੂੰ ਕੱਲ੍ਹ ਇੱਕ ਅਹਿਮ ਸਫਲਤਾ ਮਿਲੀ, ਜਦੋਂ ਇਸ ਟੀਮ ਨੇ ਪਹਿਲਾਂ ਇੱਕ ਦੋਸ਼ੀ ਲਲਿਤ ਕੁਮਾਰ ਜਿਹੜਾ ਕਿ ਬਿਲਗਾ ਜਲੰਧਰ ਦੇ ਰਹਿਣ ਵਾਲਾ ਨੂੰ ਲਾਡੋਵਾਲੀ ਰੋਡ ਤੋਂ ਗ੍ਰਿਫਤਾਰ ਕਾਬੂ ਕੀਤਾ ਅਤੇ ਉਹਦੇ ਕਬਜ਼ੇ ਦੇ ਵਿੱਚੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਇੱਕ ਚੋਰੀ ਦਾ ਮੋਬਾਈਲ ਫੋਨ ਬਰਾਮਦ ਕੀਤਾ। अगली खबर फगवाड़ा से है, जहां एसएसपी वत्सला गुप्ता के निर्देश पर असामाजिक गतिविधियों के खिलाफ अभियान में फगवाड़ा पुलिस को बड़ी सफलता हाथ लगी है। बता दें कि अनैतिक व्यापार में लिप्त एक रैकेट का भंडाफोड़ किया गया। इस रैकेट में सक्रिय रूप से काम कर रहे 13 पुरुष और 13 स्थानीय और विदेशी महिलाओं को गिरफ्तार किया गया। वहीं डीएसपी जसप्रीत सिंह की देखरेख में चलाए गए इस ऑपरेशन के तहत सतनामपुरा थाने में अनैतिक व्यापार अधिनियम की धारा के तहत मामला दर्ज किया गया है। बाहुकम एसएसपी साहब, एसपी साहब फगवाड़ा जी की सुपरविजन हेठ डीएसपी साहब फगवाड़ा जी दे नाल होके दो पुलिस पार्टियां ने मुख बरखास्त की इतलाह ते दो अलग अलग जगह रेड की, जिथे ਕੁੜੀਆਂ ਗਲਤ ਕੰਮ ਕਰਦੀਆਂ ਅਤੇ ਉਹ ਫੜੇ ਨੇ ਜੀ। ਉਹਦੇ ਰਿਗਾਰਡਿੰਗ ਇਮੋਰਲ ਟ੍ਰੈਫਿਕ ਐਕਟ ਦਾ ਮੁਕੱਦਮਾ ਦਰਜ ਕੀਤਾ। ਕਿੰਨੀਆਂ ਕੁੜੀਆਂ ਅਤੇ ਕਿੰਨੇ ਮੁੰਡੇ ਆ? 13 ਕੁੜੀਆਂ ਨੇ ਜੀ ਅਤੇ 13 ਮੁੰਡੇ ਨੇ, ਜਿਨ੍ਹਾਂ ਵਿੱਚੋਂ ਇੱਕ ਮੁੰਡਾ ਫੋਰਨਰ ਹੈਗਾ ਅਤੇ ਤਕਰੀਬਨ 9 ਕੁੜੀਆਂ ਫੋਰਨਰ ਨੇ, ਜਿਨ੍ਹਾਂ ਵਿੱਚੋਂ 8 ਥਾਈਲੈਂਡ ਦੀਆਂ ਨੇ ਅਤੇ 1 ਕਿਸੇ ਹੋਰ ਮੁਲਕ ਦੀ ਹੈ। ਅਤੇ ਰੇਡ ਕਿੱਥੇ ਕੀਤੀ ਗਈ ਸੀ? ਰੇਡ ਇਹ ਪੀ ਜੀ ਨੇ ਜੀ ਬਣੇ ਹੋਏ ਪਿੰਡ ਮਹੇੜੂ ਦੇ ਵਿੱਚ, ਉੱਥੇ ਅਲੱਗ ਅਲੱਗ ਜਗ੍ਹਾ ਪੀ ਜੀ ਦੀ ਆੜ ਦੇ ਵਿੱਚ ਉੱਥੇ ਦੋ ਜਗ੍ਹਾ ਇਹ ਇੱਦਾਂ ਗਲਤ ਕੰਮ ਕਰਨ ਲਈ ਦੋ ਬਿਲਡਿੰਗਸ ਯੂਜ਼ ਕੀਤੀਆਂ ਜਾ ਰਹੀਆਂ ਸੀ, ਉਹ ਦੋਨੋਂ ਜਗ੍ਹਾ ਰੇਡ ਕੀਤੀ ਗਈ ਸੀ। ਜਿਸ ਤਰ੍ਹਾਂ ਪੁਲਿਸ ਵੱਲੋਂ ਸਖ਼ਤ ਹਦਾਇਤ ਹੈ ਕਿ ਕੋਈ ਵੀ ਪੀ ਜੀ 'ਤੇ ਪੇਇੰਗ ਗੈਸਟ ਜਾਂ ਕਿਰਾਏ 'ਤੇ ਰਹਿੰਦਾ ਉਹਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ, ਅਤੇ ਕੀ ਇਹਨਾਂ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਇਹਦੀ, ਡਾਕੂਮੈਂਟ ਵਗੈਰਾ? ਨਹੀਂ ਜੀ, ਇਸੇ ਕਰਕੇ ਤਾਂ ਜਦੋਂ ਇਨਫੋਰਮੇਸ਼ਨ ਮਿਲੀ ਹੈ ਪੁਲਿਸ ਨੂੰ ਵੀ ਹਾਂ ਗਲਤ ਕੰਮ ਚੱਲ ਰਿਹਾ, ਉੱਥੇ ਇਸੇ ਕਰਕੇ ਜੀ ਉੱਥੇ ਰੇਡ ਕੀਤੀ ਗਈ ਹੈ ਅਤੇ ਕਾਰਵਾਈ ਕਰ ਦਿੱਤੀ ਹੈ ਜੀ। ਹੁਣ ਕੀ ਕਰੋ? ਜਿਹੜੇ ਬਾਹਰਲੇ ਉਹ ਜਿਹੜੇ ਉਹਨਾਂ ਦੇ ਵੀਜ਼ਾ ਵਗੈਰਾ ਹੈਗਾ ਸੀ, ਇਹ ਹੋਇਆ ਕੋਈ ਸਾਹਮਣੇ ਆ? ਉਹ ਸਾਰਾ ਕੁਛ ਫਰਦਰ ਇਨਵੈਸਟੀਗੇਟ ਕੀਤਾ ਜਾ ਰਿਹਾ ਜੀ, ਜੋ ਜੋ ਹੋਊਗਾ ਕੁਛ ਗਲਤ ਉਹ ਵੀ ਤਾਂ ਰਿਐਕਟ ਕੀਤੀ ਜਾਊ। ਅਤੇ ਕੀ ਪੀ ਜੀ ਦੇ ਮਾਲਕ ਵੀ ਅਰੈਸਟ ਕੀਤੇ ਆ ਕੋਈ? ਇੱਕ ਪੀ ਜੀ ਦਾ ਹੈਗਾ ਜੀ, ਜਿਹੜਾ ਪੀ ਜੀ ਦਾ ਮਾਲਕ ਹੈ ਲਾਈਕ ਉਹ ਚਲਾ ਰਿਹਾ ਜਿਹੜਾ ਉਸ ਸਿਸਟਮ, ਉਹ ਫੜ ਲਿਆ ਜੀ। ਅਤੇ ਕੀ ਧਾਰਾ ਲਾਈ ਗਈ ਕਈ? ਇਮੋਰਲ ਟ੍ਰੈਫਿਕ ਐਕਟ ਦੇ ਤਹਿਤ ਵੱਖ ਵੱਖ ਧਾਰਾ ਲੱਗੀਆਂ ਨੇ ਜੀ। ਨਾਮ ਵਗੈਰਾ ਕੁਛ ਆਵੇ ਸਾਹਮਣੇ ਪੀ ਜੀ ਵਾਲੇ ਦਾ? ਉਹ ਫਰਦਰ ਹੁਣ ਰਹਿਣ ਦੇ ਇਨਵੈਸਟੀਗੇਸ਼ਨ ਚੱਲ ਰਿਹਾ, ਫਿਰ ਦੱਸ ਦਿੱਤਾ ਜਾਊਗਾ। लुधियाना में मैरिज पैलेस में गाना बजाने को लेकर विवाद हो गया, जिसमें एक युवक ने दूसरे युवक को गोली मार दी। बता दें कि यह घटना लुधियाना के अलग्रीन पैलेस की है, जहां उस वक्त हंगामा मच गया जब एक शादी के दौरान डीजे पर गाना बजाने को लेकर एक युवक ने नशे की हालत में फायरिंग कर दी। फायरिंग के दौरान 3 गोलियां चली, 2 हवाई फायर भी किए और साथ ही जिससे एक लड़के के दिल में गोली लग गई। वहीं जिसे सिविल अस्पताल में भर्ती कराया गया, वहीं उसकी हालत गंभीर बताई जा रही है। फिलहाल पुलिस मामले की जांच में जुट गई है। यार गोली चल गई यार, मुंडे ने गोली मारी यार।
ਹਾਂਜੀ ਲੱਗੀ ਵੀਰੇ, ਉਹ ਸਿਵਲ ਹਸਪੀਟਲ ਚ ਗਿਆ ਹੋਇਆ ਮੁੰਡਾ ਯਾਰ, ਜ਼ਖਮੀ ਆ ਹਾਂਜੀ, ਦਿਲ ਤੇ ਗੋਲੀ ਲੱਗੀ ਆ। ਕੀ ਮਸਲਾ ਕੀ ਹੋਇਆ ਸੀ? ਮਸਲਾ ਨੱਚਦੇ ਸੀਗੇ ਵੀਰੇ ਯਾਰ, ਨੱਚਦੇ ਨੱਚਦੇ ਕਿਸੇ ਨੇ ਫੈਰ ਕੱਢੇ, ਤਿੰਨ ਫੈਰ ਹੋਏ ਨੇ, ਤਿੰਨ ਫੈਰਾਂ ਦੇ ਵਿੱਚੋਂ ਕਹਿਣ ਦਾ ਮਤਲਬ ਇੱਕ ਗੋਲੀ ਦਿਲ ਤੇ ਲੱਗੀ ਹੈ ਵੀਰੇ, ਖਹਿ ਕੇ ਨੰਗੀ ਆ ਨਾਲ ਦਿਲ ਦੇ, ਕੋਈ ਸਰ ਨਾਲ ਨਹੀਂ ਲੱਗਿਆ, ਹਾਂ ਨਾਲ ਖਹਿ ਕੇ ਨੰਗੀ ਹੈ ਵੀਰੇ ਦਿਲ ਦੇ। ਫੈਰ ਵੀਰੇ ਨੱਚਦੇ ਸੀ ਮੁੰਡੇ, ਹਲੇ ਸੀਸੀਟੀਵੀ ਚੈੱਕ ਕਰਦੇ ਨੇ, ਹਲੇ ਪਤਾ ਨਹੀਂ ਲੱਗਿਆ ਵੀ ਫੈਰ ਕਿੰਨਾ ਬਲੀਓ ਹੋਏ ਨੇ। ਹੁਣ ਪੁਲਿਸ ਆਈ ਹੈ? ਹਾਂਜੀ ਪੁਲਿਸ ਅੰਦਰ ਆਈ ਜੀ। ਕਹਿ ਵੀ ਜਾ ਰਿਹਾ ਕੁਛ ਆਪਸੀ ਰੰਜਿਸ਼ ਝੜਪ ਹੋਈ ਹੈ ਕੋਈ? ਮਾੜੀ ਮੋਟੀ ਹੋਈ ਆ ਵੀਰੇ, ਪਰ ਫੈਰ ਪਹਿਲਾਂ ਹੋਏ ਨੇ, ਫੇਰ ਹੋਇਆ ਕੰਮ, ਤਿੰਨ ਫੈਰ ਹੋਏ ਨੇ। ਕਿਸ ਲੈ ਕੇ ਹੋਈ ਆ? ਗਾਣਿਆਂ ਪਿੱਛੇ ਹੋਈ ਆ ਵੀਰੇ ਯਾਰ। ਅੱਛਾ, ਦੋ ਮਿੰਟ ਜੀ, ਚਾਰ ਸਾਹਿਬ ਸਾਡੇ ਅਫਸਰ ਆਉਣਗੇ, ਉਹੀ ਦੱਸਣਗੇ ਤੁਹਾਨੂੰ ਇਸ ਮੈਟਰ ਦੇ ਵਿੱਚ। ਗੋਲੀ ਲੱਗੀ ਉਹ ਭੇਜਤਾ ਹਸਪਤਾਲ? ਉਹ ਹਸਪੀਟਲ ਸਾਡੇ ਅਫਸਰ ਦੱਸਣਗੇ ਇਸ ਸੰਬੰਧੀ। ਅੰਦਰ ਕੋਈ ਬੰਦੇ ਫੜੇ ਆ? ਇਹ ਅਫਸਰ ਸਾਡੇ ਦੱਸਣਗੇ, ਉਹਨਾਂ ਨੇ ਦੱਸਿਆ। मानसा जिले के कस्बा बोहा में थाना प्रभारी गुरुद्वारा साहब में शराब पीकर चला गया था, जिस पर आरोप लगे थे कि उसने सेवादारों के साथ मारपीट भी की है, जिसके चलते गांव वासियों ने धरना प्रदर्शन किया था और मांग की थी कि थाना प्रभारी के खिलाफ मामला दर्ज किया जाए। इस मामले को लेकर मानसा के एसएसपी डॉक्टर नानक सिंह ने इसकी जांच भी कराई थी, जिसमें थाना प्रभारी जगदेव सिंह को आरोपी पाया गया और एसपी हेडक्वार्टर जसकीर्त सिंह ने बताया कि थाना प्रभारी जगदेव सिंह को नौकरी से सस्पेंड कर दिया गया है और उसे इस मामले में दोषी पाया गया है। 2024 में मैंने पता लगा कि काफी लोग पुलिस स्टेशन बोहा इकट्ठा हुए हैं ਅਤੇ ਇਲਜ਼ਾਮ ਲਗਾ ਰਹੇ ਹਨ ਕਿ ਇੰਸਪੈਕਟਰ ਜਗਦੇਵ ਸਿੰਘ SHO ਬੋਹਾ ਵੱਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਉੱਥੇ ਦੇ ਸੇਵਾਦਾਰਾਂ ਦੇ ਨਾਲ ਮਿਸਬਿਹੇਵ ਕੀਤਾ ਗਿਆ ਹੈ। ਮੌਕੇ ਦੇ ਉੱਪਰ DSP ਬੁਢਲਾਡਾ ਨੂੰ ਭੇਜਿਆ ਗਿਆ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ। ਉਸ ਕੰਪਲੇਂਟ ਦੇ ਆਧਾਰ ਦੇ ਉੱਤੇ DSP ਬੁਢਲਾਡਾ ਵੱਲੋਂ ਇੰਸਪੈਕਟਰ ਜਗਦੇਵ ਸਿੰਘ ਨੂੰ ਫੌਰੀ ਤੌਰ ਦੇ ਉੱਤੇ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਕੰਪਲੇਂਟ ਦੀ ਤੱਥਾਂ ਦੇ ਆਧਾਰ ਦੇ ਉੱਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ। ਜੇ ਕੋਈ ਨਵਾਂ ਤੱਥ ਵੀ ਸਾਹਮਣੇ ਆਇਆ ਤਾਂ ਉਸਨੂੰ ਵੀ ਵਿਚਾਰਿਆ ਜਾਏਗਾ ਅਤੇ ਇਨਕੁਆਇਰੀ ਰਿਪੋਰਟ ਜਲਦ ਤੋਂ ਜਲਦ SSP ਸਾਹਿਬ ਮਾਨਸਾ ਨੂੰ ਪੇਸ਼ ਕਰ ਦਿੱਤੀ ਜਾਏਗੀ। ਬਤਾ ਦੇ ਕਿ ਗੁਰਦੁਆਰਾ ਸਾਹਿਬ ਮੇਂ ਬੇਅਦਬੀ ਕਾ ਮਾਮਲਾ ਸਾਹਮਣੇ ਆਇਆ ਹੈ ਔਰ ਸ਼ਰਾਬ ਕੇ ਨਸ਼ੇ ਮੇਂ ਥਾਨਾ ਪ੍ਰਭਾਰੀ ਗੁਰਦੁਆਰੇ ਮੇਂ ਘੁਸਾ ਔਰ ਸਾਥ ਹੀ ਸੇਵਾਦਾਰੋਂ ਕੇ ਸਾਥ ਮਾਰਪੀਟ ਵੀ ਕੀ ਗਈ। ਬਤਾ ਦੇ ਕਿ ਮਾਨਸਾ ਕੇ ਥਾਨਾ ਪ੍ਰਭਾਰੀ ਪਰ ਮਾਮਲਾ ਦਰਜ ਹੁਆ ਹੈ ਔਰ ਜਾਂਚ ਮੇਂ ਦੋਸ਼ੀ ਪਾਇਆ ਗਿਆ ਹੈ। ਦਰਅਸਲ ਨਸ਼ੇ ਕੀ ਹਾਲਤ ਮੇਂ ਗੁਰਦੁਆਰੇ ਮੇਂ ਪ੍ਰਵੇਸ਼ ਮਾਮਲਾ ਤੂਲ ਪਕੜਤਾ ਜਾ ਰਹਾ ਹੈ ਔਰ ਬਤਾ ਦੇ ਕਿ ਗੁਰਦੁਆਰਾ ਸਾਹਿਬ ਮੇਂ ਬੇਅਦਬੀ ਕਾ ਮਾਮਲਾ ਸਾਹਮਣੇ ਆਇਆ, ਸ਼ਰਾਬ ਕੇ ਨਸ਼ੇ ਮੇਂ ਥਾਨਾ ਪ੍ਰਭਾਰੀ ਗੁਰਦੁਆਰੇ ਮੇਂ ਘੁਸਾ ਔਰ ਸੇਵਾਦਾਰੋਂ ਕੇ ਸਾਥ ਮਾਰਪੀਟ ਵੀ ਕੀ ਗਈ। ਮਾਨਸਾ ਕਾ ਇਹ ਮਾਮਲਾ ਬਤਾਇਆ ਜਾ ਰਹਾ ਹੈ, ਜਹਾਂ ਪਰ ਗੁਰਦੁਆਰਾ ਸਾਹਿਬ ਮੇਂ ਬੇਅਦਬੀ ਕਾ ਮਾਮਲਾ ਸਾਹਮਣੇ ਆਇਆ ਹੈ ਔਰ ਸੇਵਾਦਾਰੋਂ ਕੇ ਸਾਥ ਮਾਰਪੀਟ ਵੀ ਕੀ ਗਈ। फिलहाल इस बुलेटिन में इतना ही, ज्यादा खबरों के लिए बने रहिए हमारे साथ। नमस्कार।